ਨਾ ਇੱਕ ਤੋੜਾ ਸੀ ਤੇ ਉਹ ਲਵਣ ਆਈ ਇੱਕ ਬਾਈ ਜਾਨ ਉਹਨਾਂ ਕੋਲੋਂ ਨਾ ਇਹ ਤੇ ਸਫਦਰ ਬਾਈ ਹੋਰਾਂ ਦੇ ਨਾਲ ਗਵਾਂਢ ਹੈਗੇ ਨੇ ਉਹਨਾਂ ਦੇ ਹਮਸਾਇ ਨੇ ਤੇ ਉਹਨਾਂ ਕੋਲੋਂ ਇੱਕ ਤੋੜਾ ਸੀ ਸਾਡਾ ਉਹ ਲਵਣ ਆਇਆ ਜੀ। ਹਾਂਜੀ ਜੀ ਨਾ ਤੁਸੀਂ ਵੇਖ ਸਕਦੇ ਹੋ ਕਿ ਨਾ ਜਿਹੜੀ ਨਾ ਪੰਜਾਬ ਦੀ ਹਰਿਆਲੀ ਬਿਆਨ ਨਹੀਂ ਮੈਂ ਕਰ ਸਕਦਾ ਇੰਨੀ ਖੂਬਸੂਰਤੀ ਮਾਸ਼ਾਅੱਲਾ ਜੀ। ਹਾਂਜੀ ਮਾਸ਼ਾਅੱਲਾ ਜੀ ਘਰ ਪਹੁੰਚਣ ਵਾਲੇ ਆ ਜੀ ਤੇ ਤੁਸੀਂ ਹਰਿਆਲੀ ਚੈੱਕ ਕਰੋ ਮਾਸ਼ਾਅੱਲਾ ਜੀ। ਹਾਂਜੀ ਆਹ ਸਾਡੇ ਕੋਲ ਇੱਕ ਨਦੀ ਗੁਜ਼ਰ ਰਹੀ ਹੈ ਉਹ ਲਿਆਂਦਾ ਜੀ ਅਤੇ ਅੰਮੀ ਜਾਨ ਜਿਹੜੀ ਹੈ ਨਾ ਹੁਣ ਜੀ ਜਿਹੜਾ ਹੈ ਨਾ ਜੀ ਪਕਾਉਣ ਦਾ ਇੰਤਜ਼ਾਮ ਜਿਹੜਾ ਉਹ ਕਰ ਰਹੀ ਹੈ ਮਾਸ਼ਾਅੱਲਾ ਜੀ। ਜੁਮੇਰਾਤ ਹੈ ਹਾਂਜੀ ਰੋਟੀ ਦੇਣੀ ਤੇਰੇ ਭਾਈ ਦੀ ਹਾਂਜੀ ਹਾਂਜੀ ਅੱਜ ਥੋਮ ਹਾਂਜੀ ਤਦਕਾਰ ਹਾਂਜੀ ਹਾਂਜੀ ਹਰਾ ਥੋਮ ਪੱਟ ਕੇ ਲਿਆਈਆਂ ਅੱਛਾ ਜੀ ਅਤੇ ਆਹ ਸਾਬੀ ਮਿਰਚ ਹਾਂਜੀ ਇਹ ਵੀ ਗੋਸ਼ਤ ਬਣਾ ਰਹੀ ਹਾਂ ਹਾਂਜੀ ਹਾਂਜੀ ਜਿਹੜਾ ਨਾ ਸੂਰਜ ਉਹ ਅਜੇ ਤੀਕਰ ਨਹੀਂ ਨਿਕਲਿਆ ਕਮ ਸੇ ਕਮ ਟਾਈਮ 2 ਦਾ ਹੋ ਗਿਆ ਜੀ ਅਤੇ ਅੱਜ ਦੀ ਧੁੱਪ ਦਾ ਜਿਹੜਾ ਹੈ ਨਾ ਜੀ ਧੁੱਪ ਦਾ ਜਿਹੜਾ ਇਹਦਾ ਇਮਕਾਨ ਹੈ ਹੀ ਨਹੀਂ ਅਤੇ ਮਾਸ਼ਾਅੱਲਾ ਜੀ ਨਾ ਅਤੇ ਜਿਹੜਾ ਨਾ ਕੁਛ ਮੌਸਮ ਖੁਸ਼ਹਾਲ ਹੋ ਗਿਆ ਸੀ ਅਤੇ ਅੱਜ ਨਾ ਧੁੱਪ ਨਹੀਂ ਨਿਕਲੀ ਅਤੇ ਜੀ ਇਸ ਵਾਸਤੇ ਤੁਸੀਂ ਵੇਖ ਸਕਦੇ ਹੋ ਕਿ ਨਾ ਜਿਹੜੇ ਪਰਿੰਦੇ ਪਰੁੰਦੇ ਨਾ ਉਹ ਵੀ ਨਾ ਜੀ ਐਵੇਂ ਬੈਠੇ ਨੇ ਸੁਸਤ ਜਿਹੇ ਹੋ ਕੇ ਅਤੇ ਧੁੱਪ ਨਾਲ ਹੀ ਜ਼ਿੰਦਗੀ ਹੈ ਅਤੇ ਧੁੱਪ ਨਾਲ ਹੀ ਅਰਸ਼ੀਜ ਹੈ ਜੀ। ਜਿਹੜੀ ਲਾਈਟ ਹੈ ਨਾ ਉਹ ਨਹੀਂ ਹੈਗੀ ਜੀ ਅਤੇ ਅੱਗੇ ਨਾ ਲਾਈਟ ਹੁੰਦੀ ਨਾ ਅਤੇ ਮੋਬਾਈਲ ਚਾਰਜਰ ਲਾ ਲਿਆ ਛੋਟਾ ਮੋਬਾਈਲ ਵੀ ਚਾਰਜਰ ਲਾਇਆ ਸੀ ਪਰ ਨਾ ਜੀ ਲਾਈਟ ਨਾ ਉਹਨਾਂ ਦੀ ਵਜ੍ਹਾ 'ਤੇ ਨਾ ਵਜ੍ਹਾ ਤੋਂ ਨਾ ਜੀ ਮੋਬਾਈਲ ਜਿਹੜਾ ਚਾਰਜਰ ਨਹੀਂ ਹੋ ਸਕਿਆ ਜੀ। ਗਏ ਜੀ ਮਾਸ਼ਾਅੱਲਾ ਜੀ ਉਹ ਬਾਲੀ ਜਾ ਰਹੀ ਹੈ ਅੰਮੀ ਜਾਣੇ ਨੂੰ ਥੋੜ੍ਹਾ ਤੇਜ਼ ਕਰੋ ਨਾ ਅੱਗ ਨੂੰ ਅੱਗ ਹੋ ਜਾਂਦੀ ਤੇਜ਼ ਹੌਲੀ ਹੌਲੀ। ਹਾਂਜੀ ਜੀ ਪਿਆਜ਼ ਵੀ ਬਹੁਤ ਹੀ ਮਹਿੰਗਾ ਹੋ ਗਿਆ ਅਤੇ ਇਸ ਵਾਸਤੇ ਜੀ ਨਾ ਅੱਧਾ ਕੱਟ ਕੇ ਪਿਆਜ਼ ਜੀ ਅੰਮੀ ਜਾਣ ਜਿਹੜਾ ਨਾ ਉਹ ਪਾ ਰਹੀ ਹੈ ਅੱਧਾ ਰੱਖ ਦੇ। ਹਾਂਜੀ ਮਹਿੰਗਾਈ ਹੋ ਗਈ ਨਾ ਇਸ ਤਰਫ ਇੰਤਜ਼ਾਮ ਹੈ ਉਹ ਵੀ ਕਰ ਰਹੀ ਹੈ ਮਾਸ਼ਾਅੱਲਾ ਜੀ ਜੀ। ਹਾਂਜੀ ਜਿਹੜਾ ਸਾਲਣ ਹੈ ਉਹ ਅੱਗੇ ਪਕਾ ਕੇ ਅੰਮੀ ਜਾਣ ਰੱਖ ਦਿੱਤਾ ਅਤੇ ਹੁਣ ਜੀ ਉਹਨੂੰ ਨਾ ਗਰਮ ਕਰਦੀ ਪਈ ਹੈ ਮਾਸ਼ਾਅੱਲਾ ਜੀ। ਰੋਟੀ ਬਿਲਕੁਲ ਤਾਜ਼ੀ ਅੰਮੀ ਜਾਨ ਜਿਹੜੀ ਹੈ ਪੇੜਾ ਆਟੇ ਦਾ ਕਰ ਲਿਆ ਜੀ ਮਾਸ਼ਾਅੱਲਾ ਆਲਮ ਸ਼ਹਿਰ ਦੀ ਰੋਟੀ ਪਕਾਉਂਦੇ ਆ ਜਿਵੇਂ ਰਾਤ ਜਾ ਆਖ ਮਾਇਆ ਅੰਮਾ ਦਾ ਇਹਨਾਂ ਨੂੰ ਸੱਦਣ ਜਾਂਦਾ ਪਿਆ ਹਾਂਜੀ ਮਤਲਬ ਨਾ ਜੀ ਨਾ ਇੱਕ ਔਰਤ ਸਾਡੇ ਪਿੰਡ ਰਹਿੰਦੀ ਅਤੇ ਇੱਕ ਮੇਰੇ ਨਾ ਜਿਹੜੀ ਚਾਚਾ ਹੈ ਨਾ ਚੱਚੀ ਲੱਗਦੀ ਜੀ ਉਹਨੂੰ ਬੁਲਾਉਣ ਜਾ ਰਿਹਾ ਕਿਉਂਕਿ ਨਾ ਜੀ ਰੋਟੀ ਬਾਈ ਜਾਨ ਦੀ ਉਹ ਹੀ ਖਾਂਦੀ ਹੈ ਜਦੋਂ ਬਾਈ ਜਾਨ ਫੌਤ ਹੋ ਗਏ ਸਨ ਅਤੇ 40 ਦਿਨ ਵੀ ਰੋਟੀ ਉਹਨੇ ਖਾਧੀ ਅਤੇ ਹੁਣ ਵੀ ਰੋਟੀ 8ਵੇਂ ਦਿਨ ਜਿਵੇਂ ਰਾਤ ਦੀ ਰੋਟੀ ਉਹ ਹੀ ਹੁਣ ਖਾਂਦੀ ਅਤੇ ਮੈਂ ਉਹਨੂੰ ਉਲ ਜੀ ਉਹਨੂੰ ਘਰੋਂ ਉਹਨੂੰ ਦੇ ਬੁਲਾਉਣ ਜਾ ਰਿਹਾ ਜੀ ਮਾਸ਼ਾਅੱਲਾ ਜੀ ਅਤੇ ਉਹਨੂੰ ਅੱਗੋਂ ਬੁਲਾਉਣਾ ਵਾ ਅਤੇ ਉਹ ਆ ਜਾਂਦੀ ਆ ਅਤੇ ਉਹਨੂੰ ਫਿਰ ਲੈ ਕੇ ਜਾਂਦਾ ਵਾ। ਪੁਰਾਣੇ ਜ਼ਮਾਨੇ ਦਾ ਘਰ ਬਣਾਇਆ ਗਿਆ ਤੁਸੀਂ ਮਾਸ਼ਾਅੱਲਾ ਚੈੱਕ ਕਰ ਸਕਦੇ ਹੋ ਦੋਨੇ ਸਦੋਲੀਆਂ ਜਿਹੜੀਆਂ ਹਨ ਉਹ ਬਣਾਈਆਂ ਗਈਆਂ ਨੇ ਜੀ। ਅਤੇ ਹੁਣ ਨਾ ਮੈਂ ਜ਼ਨਾ ਲੈ ਕੇ ਅਤੇ ਜਾ ਰਿਹਾ ਘਰ ਨੂੰ ਤੁਸੀਂ ਵੇਖ ਸਕਦੇ ਹੋ ਕਿ ਮੈਂ ਜ਼ਨਾ ਜਿਹੜੀ ਹੈ ਉਹ ਆ ਰਹੀ ਹੈ ਅਤੇ ਇੱਧਰ ਇੱਕ ਵਾਰ ਜਾਵੇਗੀ ਅਤੇ ਫਿਰ ਘਰ ਜੀ ਜਾਂਦੇ ਹਾਂ। ਜ਼ਨਾ ਜਿਹੜੀ ਹੈ ਉਹ ਮੇਰੇ ਪਿੱਛੇ ਪਿੱਛੇ ਆ ਰਹੀ ਹੈ ਅਤੇ ਹੁਣ ਜਾ ਰਿਹਾ ਮੈਂ ਘਰ ਜੀ ਮਾਸ਼ਾਅੱਲਾ ਜੀ ਅਤੇ ਘਰ ਪਹੁੰਚ ਕੇ ਤੁਹਾਨੂੰ ਵੀਡੀਓ ਵੀ ਖਾਂਦੇ ਹਾਂ ਰੋਟੀ ਰੋਟੀ ਖਾਵਣ ਦੀ ਜੀ। ਇਹਨਾਂ ਰੋਟੀ ਜਿਹੜੀ ਉਹ ਤਿਆਰ ਕੀਤੀ ਖੜੀ ਹੈ ਜੀ। ਹਾਂਜੀ ਬਹੁਤ ਹੀ ਖੂਬਸੂਰਤ ਜਿਹੜੀ ਰੋਟੀ ਹੈ ਬਣ ਗਈ ਹੈ ਮਾਸ਼ਾਅੱਲਾ ਜੀ। ਹਾਂਜੀ ਆ ਰੱਖ ਦਿੱਤੀ ਜੀ ਪੂਨੇ ਦੇ ਅੰਦਰ ਲੇਟ ਕੇ ਠਰਦੀ ਪਈ ਅਰਸ਼ ਹੈ। ਹਾਂਜੀ ਸਰਦੀ ਹੈ ਨਾ ਅਤੇ ਇਸ ਵਾਸਤੇ ਜੀ ਫਿਰ ਨਾ ਪੂਨੇ ਦੇ ਵਿੱਚ ਢਾਪ ਕੇ ਰੱਖਣੀ ਚਾਹੀਦੀ ਕਿਉਂਕਿ ਰੋਟੀ ਫਿਰ ਠੰਡੀ ਖਾਵਣ ਦਾ ਵੀ ਹਾਲ ਕੋਈ ਹੁੰਦਾ ਜੀ। ਇੰਨਾ ਵੀ ਸਾਡੇ ਕੋਲ ਪਹੁੰਚ ਗਈ ਹੈ ਜੀ ਮਾਸ਼ਾਅੱਲਾ ਜੀ। ਨਾ ਚਾਹ ਉਹ ਵੀ ਅੰਮੀ ਜਾਨ ਜਿਹੜੀ ਹੈ ਨਾ ਬੁਲਾਵੂ ਹੈ ਮਾਸ਼ਾਅੱਲਾ ਜੀ ਚਾਹ ਬੁਲਾਓ ਅੰਮੀ ਜਾਨ। ਚਾਹ ਤਾਂ ਅੱਜ ਬੜਾ ਦਿਲ ਕਰ ਰਿਹਾ ਕਿਉਂਕਿ ਨਾ ਸਾਲਨ ਖਾਧਾ ਨਾ ਜੀ ਗੋਸ਼ਤ ਦਾ ਸਾਲਨ ਖਾਧਾ ਅਤੇ ਇਸ ਵਾਸਤੇ ਜੀ ਨਾ ਹੁਣ ਨਾ ਚਾਹ ਅਤੇ ਬੜਾ ਮਨ ਕਰ ਰਿਹਾ ਜੀ ਅਤੇ ਹੁਣ ਅੰਮੀ ਜਾਨ ਜਿਹੜੀ ਹੈ ਉਹ ਚਾਹ ਬਣਾਏਗੀ ਜੀ ਮਾਸ਼ਾਅੱਲਾ। ਕਿਵੇਂ ਦਾ ਬਣਿਆ ਜੀ ਅਜੇ ਜੀ ਮੈਂ ਦਿਨ ਅਜੇ ਟੇਸਟ ਕਰਨਾ ਜੀ ਸਾਲਨ ਤਾਂ ਪਿਆ ਜੀ ਇਹ ਸਾਗ ਹੈ ਮਾਸ਼ਾਅੱਲਾ ਜੀ ਸਾਰੇ ਸਹੀ ਬਣਿਆ। ਹਾਂਜੀ ਕਿਵੇਂ ਸਾਲਨ ਬਣਿਆ ਸਹੀ ਬਣਿਆ ਬਰਤਨ ਉਹ ਮੈਂ ਲੈ ਲਿਆ ਚਾਹ ਵਾਸਤੇ ਜਿਹੜੀ ਚਾਹ ਪਕਵਾਉਣੀ ਹੈ ਅੰਮੀ ਜਾਣ ਕੋਲੋਂ ਲਓ ਜੀ ਇਹ ਚਾਹ ਪਕਾਓ ਜਲਦੀ ਕਰੋ। ਹਾਂਜੀ ਦੁੱਧ ਕਿੰਨਾ ਬਣਵਾਇਆ
ਨੇ ਤੇ ਉਹਨਾਂ ਵੱਲੋਂ ਜੀ ਦੁੱਧ ਮਿਜਾਨ ਜਿਹੜਾ ਉਹ ਲੈ ਆਈ ਸੀ ਤੇ ਸਾਡੇ ਕੋਲ ਤਾਂ ਫਿਰ ਜੀ ਮੈਂਸ ਬੂਸ ਹੈ ਨਹੀਂ ਤੇ ਨਾ ਹੀ ਗਾਂ ਗੂ ਹੈ ਤੇ ਇਸ ਵਾਸਤੇ ਜੀ ਨਾ ਮੌਜੂ ਉਹੀ ਬਾਰਿਸ਼ ਦਾ ਬਣਿਆ ਖੜਾ ਜੀ ਮਾਸ਼ਾਅੱਲਾ ਜੀ ਤੇ ਬਾਰਿਸ਼ ਹੋਣੇ ਦਾ ਫਿਰ ਇਮਕਾਨ ਜਿਹੜਾ ਹੈ ਉਹ ਜੀ ਬਣ ਗਿਆ ਜੀ ਤੁਸੀਂ ਵੇਖ ਸਕਦੇ ਹੋ ਕਿੰਨਾ ਜੀ ਹਾਂਜੀ ਬੱਦਲ ਬੱਦਲ ਹੋ ਗਏ ਨੇ ਬੱਦਲ ਹੀ ਬੱਦਲ ਅਤੇ ਠੰਡ ਬਹੁਤ ਲੱਗ ਰਹੀ ਹੈ ਜੀ ਅਤੇ ਲੋਕ ਅੱਗ ਮਚਾ ਕੇ ਨਾ ਜੀ ਜਿਹੜੀ ਅੱਗ ਉਹਨੂੰ ਮਚਾ ਕੇ ਨਾ ਅਤੇ ਸੇਕ ਰਹੇ ਨੇ ਸੇਕ ਲੈ ਰਹੇ ਨੇ ਉਹਦਾ ਬਾਹਰ ਹਾਂਜੀ ਤੁਸੀਂ ਇਸ ਦੁੱਖ ਨਾਲ ਜਿਹੜੇ ਬਾਹਰ ਬੰਦੇ ਇਨਸਾਨ ਲੋਕ ਨੇ ਜਿਹੜੇ ਨਾ ਉਹ ਜੀ ਅੱਗ ਉੱਗ ਜਿਹੜੀ ਬਾਲ ਕੇ ਸੇਕ ਸੁੱਕ ਰਹੇ ਨੇ ਤੁਸੀਂ ਇਸ ਦੁੱਖ ਨਾ ਅੱਗ ਜਿਹੜੀ ਹੈ ਨਾ ਉਹ ਬਾਲ ਕੇ ਬਈ ਨਿਆਜੜੀ ਨੇ ਉਹ ਸੇਕ ਰਹੇ ਨੇ ਤੁਸੀਂ ਇਸ ਦੁੱਖ ਨਾਲ